पंजाब विधानसभा के अध्यक्ष राणा के पी सिंह का कहना है कि वो देश में चल रहे किसान आंदोलन का समर्थन करते हैं और शुरू से कर रहे हैं इस आंदोलन ने एक नया इतिहास रचा है लेकिन आंदोलन कर रहे किसानों से अपील करता हूं कि वो किसी भी हालात में मोबाइल नेटवर्क को और इनके टावरों को क्षतिग्रस्त न करे राणा ने यह भी कहा है कि किसान नेता राजेवाल साहिब ने भी किसानों से यही अपील की है ਕਿਸਾਨੀ ਅੰਦੋਲਨ ਇਸ ਵੇਲੇ ਸਿਖਰਾਂ ਤੇ ਹੈ ਅਸੀਂ ਇਸ ਅੰਦੋਲਨ ਦੀ ਪੂਰ ਜੋਰ ਹਮਾਇਤ ਕਰਦੇ ਹਾਂ ਔਰ ਸ਼ੁਰੂ ਤੋਂ ਕਰਦੇ ਆਏ ਔਰ ਸਾਨੂੰ ਪੂਰਨ ਆਸ ਹੈ ਕਿ ਇਸ ਇਤਿਹਾਸ ਇਸ ਅੰਦੋਲਨ ਨੇ ਸਾਰੇ ਦੇਸ਼ ਚ ਇੱਕ ਨਮਾ ਇਤਿਹਾਸ ਸਿਰਜਿਆ ਪਰ ਮੈਂ ਇਸ ਦੇ ਨਾਲ ਨਾਲ ਅੰਦੋਲਨਕਾਰੀਆਂ ਨੂੰ ਜਿਵੇਂ ਕਿ ਰਾਜੀਵਾਲ ਸਾਹਿਬ ਨੇ ਬੇਨਤੀ ਕੀਤੀ ਹੈ ਮੈਂ ਉਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਜਿਹੜੇ ਅੰਦੋਲਨਕਾਰੀ ਹੈ ਉਹ ਕਿਸੇ ਵੀ ਰੂਪ ਵਿੱਚ ਆ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਹੈ ਇੰਟਰਨੈਟ ਮੋਬਾਈਲ ਸੇਵਾਵਾਂ ਦੇ ਜਿਹੜੇ ਸਿਸਟਮ ਹੈ ਇਹਨੂੰ ਡਿਸਰਪਟ ਨਾ ਕਰਨ ਇਹਨਾਂ ਦੇ ਟਾਵਰਾਂ ਦੀ ਤੋੜ-ਫੋੜ ਨਾ ਕਰਨ ਐਸਾ ਕਰਨ ਦੇ ਨਾਲ ਖਾਸ ਤੌਰ ਤੇ ਸਾਡੇ ਜਿਹੜੇ ਬੱਚੇ ਐ ਜਿਨ੍ਹਾਂ ਦੇ ਸਕੂਲ ਕਾਲਜ ਅੱਜਕੱਲ ਬੰਦ ਹੈ ਉਹ ਇੰਟਰਨੈਟ ਦੇ ذریعے ਆਨਲਾਈਨ ਆਪਣੀ ਤਿਆਰੀ ਕਰਦੇ ਐ ਉਹਨਾਂ ਦੇ ਦੇਸ਼ ਦੁਨੀਆ ਦੀਆਂ ਖਬਰਾਂ ਕੇ ਲਈ एएनबी न्यूज़ को सब्सक्राइब करें और बेल आइकन दबाएं